ਸਤਿ ਸ਼੍ਰੀ ਅਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਲਾ ਰੇਡੀਓ 87.8 FM ਮੈਂ ਹਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਚੋਣ ਜੰਗ 'ਚ ਇਸ ਸਮੇਂ ਅਕਾਲੀ ਦਲ ਤੀਸਰੇ ਸਥਾਨ ਤੇ ਚੱਲ ਰਿਹਾ ਤੇ ਕਈ ਅਕਾਲੀ ਕਾਂਗਰਸ 'ਚ ਸ਼ਾਮਲ ਹੋਣ ਲਈ ਤਿਆਰ ਬੈਠੇ ਨੇ। ਰੰਧਾਵਾ ਨੇ ਡੇਰਾ ਬਾਬਾ ਨਾਨਕ 'ਚ ਅਕਾਲੀ ਦਲ ਦੇ ਨੇਤਾ ਬਚਿੱਤਰ ਸਿੰਘ ਹਰਦੋਵਾਲ ਨੂੰ ਕਾਂਗਰਸ 'ਚ ਸ਼ਾਮਲ ਕਰਨ ਮੌਕੇ ਉਹਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਅਕਾਲੀ ਦਲ ਨੂੰ ਅਪਣਾਉਣ ਦੇ ਲਈ ਲੋਕ ਹੁਣ ਤਿਆਰ ਨਹੀਂ ਹੈ ਕਿਉਂਕਿ ਜਿੰਨਾ ਭ੍ਰਿਸ਼ਟਾਚਾਰ ਪਿਛਲੀ ਅਕਾਲੀ ਸਰਕਾਰ ਦੇ ਸਮੇਂ ਸਰਕਾਰ 'ਚ ਸੀ ਉਹਨਾਂ ਪਹਿਲਾਂ ਕਦੇ ਵੀ ਨਹੀਂ ਸੀ। ਅਕਾਲੀ ਸਰਕਾਰ ਦੇ ਸ਼ਾਸਨ ਕਾਲ 'ਚ ਹਰ ਖੇਤਰ 'ਚ ਮਾਫੀਆ ਰਾਜ ਚੱਲ ਰਿਹਾ ਜਿਸ ਨੂੰ ਦੂਰ ਕਰਨ ਲਈ ਮੌਜੂਦਾ ਸਰਕਾਰ ਕਾਂਗਰਸ ਨੇ ਕਦਮ ਚੁੱਕੇ ਨੇ। ਉਹਨਾਂ ਕਿਹਾ ਹੈ ਕਿ ਲੋਕ ਅੱਜ ਮੌਜੂਦਾ ਚੰਨੀ ਸਰਕਾਰ ਦੇ ਕੰਮਕਾਜ ਤੋਂ ਖੁਸ਼ ਹੈ। ਸਿਰਫ 70 ਦਿਨਾਂ 'ਚ ਸਮਾਂ ਸਰਕਾਰ ਚਲਾਉਣ ਲਈ ਮਿਲਿਆ ਤੇ ਸਰਕਾਰ ਨੇ ਇੰਨੇ ਛੋਟੇ ਸਮੇਂ 'ਚ ਦਿਨ ਰਾਤ ਇੱਕ ਕਰਕੇ ਇਤਿਹਾਸਿਕ ਫੈਸਲੇ ਲਏ ਨੇ। ਉਪ ਮੁੱਖ ਮੰਤਰੀ ਨੇ ਕਿਹਾ ਕਿ ਸਮੇਂ ਕਾਂਗਰਸ ਬੜੀ ਤੇਜ਼ੀ ਨਾਲ ਆਪਣੀ ਸਰਕਾਰ ਬਣਾਉਣ ਲਈ ਅੱਗੇ ਵਧ ਰਹੀ ਹੈ। ਉਹਨਾਂ ਕਿਹਾ ਕਿ ਸਾਰੇ ਵਰਗਾਂ ਵੱਲੋਂ ਕਾਂਗਰਸ ਨੂੰ ਸਮਰਥਨ ਦਿੱਤਾ ਜਾ ਰਿਹਾ। ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਇਸ ਵਾਰ ਚੋਣ ਲੜਨ ਨੂੰ ਲੈ ਕੇ ਕਾਂਗਰਸ ਦੇ ਦੋ ਵਿਧਾਇਕ ਨਵਤੇਜ ਚੀਮਾ ਤੇ ਰਾਣਾ ਗੁਰਜੀਤ ਆਮੋ ਸਾਹਮਣੇ ਹੋ ਗਏ ਨੇ। ਦਰਅਸਲ ਸੁਲਤਾਨਪੁਰ ਲੋਧੀ ਤੋਂ ਨਵਤੇਜ ਸਿੰਘ ਚੀਮਾ ਕਾਂਗਰਸ ਦੇ ਮੌਜੂਦਾ ਵਿਧਾਇਕ ਨੇ, ਪਰ ਕਪੂਰਥਲਾ ਹਲਕੇ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਸੁਲਤਾਨਪੁਰ ਹਲਕੇ ਤੋਂ ਚੋਣ ਲੜਨ ਦੀ ਤਿਆਰੀ ਆਰੰਭ ਦਿੱਤੀ ਹੈ। ਇੰਦਰ ਪ੍ਰਤਾਪ ਵੱਲੋਂ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਗਿਆ ਜਿਸ ਦਾ ਨਵਤੇਜ ਚੀਮਾ ਵੱਲੋਂ ਵਿਰੋਧ ਕੀਤਾ ਗਿਆ। ਇਸ ਸਿਆਸੀ ਜੰਗ ਦੇ ਦਰਮਿਆਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵਿਧਾਇਕ ਨਵਤੇਜ ਚੀਮਾ ਦੇ ਪੱਖ 'ਚ ਖੜਦੇ ਨਜ਼ਰ ਆਏ। ਨਵਜੋਤ ਸਿੱਧੂ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਕਈ ਲੋਕ ਚੀਮਾ ਨੂੰ ਸੁੱਟਣ ਲਈ ਲੱਗੇ ਨੇ, ਪਰ ਮੈਂ ਇਸ ਨੂੰ ਜ਼ਮੀਨ ਨਾਲ ਇਹੋ ਜਿਹਾ ਜੋੜ ਦਿਆਂਗਾ ਕਿ ਕੋਈ ਹਿਲਾ ਨਹੀਂ ਸਕਦਾ। ਸਿੱਧੂ ਨੇ ਕਿਹਾ ਕਿ ਨਵਤੇਜ ਚੀਮਾ ਨੂੰ ਜੜ੍ਹ ਤੋਂ ਉਖਾੜਨ ਵਾਲੇ ਖੁਦ ਉਖੜ ਜਾਣਗੇ, ਪਰ ਉਹ ਚੀਮਾ ਨੂੰ ਕੁਝ ਨਹੀਂ ਹੋਣ ਦੇਣਗੇ। ਜ਼ਿਕਰਯੋਗ ਹੈ ਕਿ ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਨ ਉਪਰੰਤ ਉਸ ਸਮੇਂ ਨਵੀਂ ਕੈਬਨਿਟ 'ਚ ਸ਼ਾਮਲ ਹੋਣ ਜਾ ਰਹੇ ਰਾਣਾ ਗੁਰਜੀਤ ਦਾ ਵਿਰੋਧ ਕਰਨ ਵਾਲਿਆਂ 'ਚ ਵਿਧਾਇਕ ਨਵਤੇਜ ਚੀਮਾ ਵੀ ਸ਼ਾਮਲ ਹੈ। ਪਰ ਵਿਧਾਇਕਾਂ ਵੱਲੋਂ ਨਵਜੋਤ ਸਿੱਧੂ ਨੂੰ ਚਿੱਠੀ ਭੇਜੀ ਗਿਆ ਕੋਈ ਖਾਸ ਅਸਰ ਨਾ ਹੋਇਆ ਤੇ ਰਾਣਾ ਨਵਜੋਤ ਸਿੱਧੂ ਨੂੰ ਚਿੱਠੀ ਭੇਜੀ ਗਿਆ ਕੋਈ ਖਾਸ ਅਸਰ ਨਾ ਹੋਇਆ ਤੇ ਰਾਣਾ ਗੁਰਜੀਤ ਨੂੰ ਮੰਤਰੀ ਬਣਾਇਆ ਗਿਆ। ਹੁਣ ਫਿਰ ਸੁਲਤਾਨਪੁਰ ਹਲਕੇ ਤੋਂ ਦੋਵਾਂ ਵਿਧਾਇਕਾਂ ਦਰਮਿਆਨ ਤਕਰਾਰ ਵੇਖਣ ਨੂੰ ਮਿਲ ਸਕਦੀ ਹੈ। ਹਾਲਾਂਕਿ ਬੀਤੇ ਦਿਨੀ ਰਾਣਾ ਗੁਰਜੀਤ ਨੇ ਇਹ ਗੱਲ ਕਹੀ ਸੀ ਉਹ ਉਦੋਂ ਤੱਕ ਸੁਲਤਾਨਪੁਰ ਲੋਧੀ ਹਲਕੇ 'ਚ ਨਹੀਂ ਜਾਣਗੇ ਜਦੋਂ ਤੱਕ ਰਾਣਾ ਇੰਦਰ ਪ੍ਰਤਾਪ ਆਪਣੇ ਦਮ 'ਤੇ ਟਿਕਟ ਨਹੀਂ ਲੈ ਲੈਂਦਾ। ਰਾਣਾ ਗੁਰਜੀਤ ਨੇ ਕਿਹਾ ਕਿ ਗੱਲ ਪਾਰਟੀ ਤੈਅ ਕਰੇਗੀ ਕਿ ਟਿਕਟ ਕਿਸ ਨੂੰ ਦੇਣੀ ਹੈ ਤੇ ਕਿਸ ਨੂੰ ਨਹੀਂ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਸਨੌਰ 'ਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਚੰਨੀ ਤੇ ਕਈ ਇਲਜ਼ਾਮ ਲਗਾਏ ਨੇ। ਸੁਖਬੀਰ ਬਾਦਲ ਨੇ ਕਿਹਾ ਕਿ ਲੀਡਰ ਉਹ ਚੰਗਾ ਹੁੰਦਾ ਹੈ ਜੋ ਅੱਗੇ ਹੋ ਕੇ ਅਗਵਾਈ ਕਰੇ, ਨਾ ਕਿ ਲੋਕਾਂ 'ਤੇ ਝੂਠੇ ਮਾਮਲੇ ਦਰਜ ਕਰਕੇ ਉਹਨਾਂ ਨੂੰ ਜੇਲ੍ਹ 'ਚ ਭੇਜਿਆ ਗਿਆ। ਸੁਖਬੀਰ ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ ਇਹਨਾਂ ਸਾਰੇ ਲੋਕਾਂ ਨੂੰ ਇਨਸਾਫ ਦਿੱਤਾ ਜਾਵੇਗਾ ਅਤੇ ਸਾਰੇ ਕੇਸ ਰੱਦ ਕੀਤੇ ਜਾਣਗੇ। ਸੁਖਬੀਰ ਬਾਦਲ ਨੇ ਕਿਹਾ ਕਿ ਸਭ ਤੋਂ ਵੱਡੇ ਰੇਤ ਮਾਫੀਆ, ਸ਼ਰਾਬ ਮਾਫੀਆ, ਲੋਕਾਂ 'ਤੇ ਝੂਠੇ ਮਾਮਲੇ ਦਰਜ ਇਹਨਾਂ ਦੀ ਸਭ ਤੋਂ ਵੱਧ ਜਾ ਗਿਆ। ਸੁਖਬੀਰ ਬਾਦਲ ਸ਼ੇ ਵੇਚਣ ਵਾਲੇ ਸਰਕਾਰ ਨੇ ਰੱਖੇ ਹੋਏ ਨੇ, ਗੈਂਗਸਟਰ ਇਹਨਾਂ ਦੇ ਪਾਲੇ ਹੋਏ ਨੇ ਅਤੇ ਸਾਰੇ ਕੇਸ ਰੱਦ ਕੀਤੇ ਜਾਣਗੇ। ਸੁਖਬੀਰ ਬਾਦਲ ਨੇ ਕਿਹਾ ਕਿ ਸਭ ਤੋਂ ਵੱਡੇ ਰੇਤ ਮਾਫੀਆ, ਸ਼ਰਾਬ ਮਾਫੀਆ ਇਹਨਾਂ ਦੀ ਸਰਕਾਰ 'ਚ ਹੈ, ਇਹਨਾਂ ਦੀ ਸਭ ਤੋਂ ਵੱਧ ਜਾ ਸਾਰੇ ਉਦੋਂ ਦੇ ਹੋਏ ਨੇ ਜਦੋਂ ਪੰਜਾਬ 'ਚ ਸ਼ੁਰੂ ਰੱਖੇ ਹੋਏ ਨੇ, ਗੈਂਗਸਟਰ ਇਹਨਾਂ ਦੇ ਪਾਲੇ ਹੋਏ ਨੇ। ਯਾਰ ਲੀਡਰ ਨੇ ਵੱਡਾ ਬਿਆਨ ਦੀ ਕੋਈ ਚੀਜ਼ ਨਹੀਂ ਹੈ। ਸੋ ਇੱਕ ਵਾਰ ਫਿਰ ਤੋਂ ਹਿੰਦੂ ਤੇ ਹਿੰਦੂਤਵ ਦਾ ਮੁੱਦਾ ਉੱਠ ਕੇ ਪੰਜਾਬ 'ਚ ਜੋ ਵੀ ਕਹਿ ਕਿਹਾ ਕਿ ਦੋ ਸ਼ਬਦਾਂ ਦਾ ਅਰਥ ਇੱਕੋ ਜਿਹਾ ਨਹੀਂ ਹੋ ਸਕਦਾ। ਪੰਜਾਬ 'ਚ ਸ਼੍ਰੋਮਣੀ ਅਕਾਲੀ ਦਾ ਅਰਥ ਹੁੰਦਾ ਹੈ ਇੱਕ ਹਿੰਦੂ, ਦੂਜਾ ਹਿੰਦੂ ਨੇ ਵੱਡਾ ਬਿਆਨ ਦਿੱਤਾ। ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਮਹਾਤਮਾ ਗਾਂਧੀ ਹਿੰਦੂ, ਗੋਂਡਸੇ ਹਿੰਦੂ। ਰਾਹੁਲ ਗਾਂਧੀ ਨੇ ਕਿਹਾ ਕਿ ਦੋ ਸ਼ਬਦਾਂ ਦਾ ਅਰਥ ਇੱਕੋ ਜਿਹਾ ਨਹੀਂ ਹੋ ਸਕਦਾ, ਹਰ ਸ਼ਬਦ ਦਾ ਵੱਖਰਾ ਅਰਥ ਹੁੰਦਾ ਹੈ। ਇੱਕ ਹਿੰਦੂ, ਦੂਜਾ ਹਿੰਦੂਤਵ। ਮੈਂ ਹਿੰਦੂ ਹਾਂ ਪਰ ਇਹ ਹਿੰਦੂਤਵ ਕਿ ਦੋ ਜੀਵਾਂ ਦੀ ਏਕਾਤ। ਗਾਂਧੀ ਹਿੰਦੂ, ਗੋਂਡਸੇ ਹਿੰਦੂਵਾਦੀ। ਦਰਅਸਲ ਰਾਜਸਥਾਨ 'ਚ ਕਾਂਗਰਸ ਨੇ ਮਹਿੰਗਾਈ ਖਿਲਾਫ ਹੁੰਦਾ ਦੇਸ਼ ਦੀ ਰਾਜਨੀਤੀ 'ਚ ਸ਼ਬਦਾਂ ਦਾ ਅੰਤਰ ਹੈ। ਇਹ ਦੋਵਾਂ ਸ਼ਬਦਾਂ ਦੇ ਵੱਖਰੇ ਅੰਤਰ ਨੇ ਤੇ ਕੰਦ ਨੇ ਕਿਹਾ ਕਿ ਦੋ ਜੀਵਾਂ ਦੀ ਏਕਾਤਮਾ ਨਹੀਂ ਹੋ ਸਕਦੀ, ਇਹ ਦੋ ਵੱਖ ਵੱਖ ਨੇ। ਮੈਂ ਹਿੰਦੂ ਹਾਂ ਪਰ ਹਿੰਦੂਤਵਵਾਦੀ ਨਹੀਂ ਹਾਂ।
दिल्ली दे कुंडली बॉर्डर टिकरी बॉर्डर नीति चो शब्दां दा होर कई बॉर्डरां तो किसानां ने धरने चुक ले ने। किसानां दी इस गल तो बेहद प्रशंसा हो रही है कि उन्होंने मोर्चा चुकण मगरों खुद सफाई पर हिंदुत्ववादी नहीं आ। दिल्ली दे कुंडली बॉर्डर टिकरी बॉर्डर गाजीपुर बॉर्डर ते होर कई बॉर्डरां तो किसानां ने धरने चुक ले ने। किसानां दी इस गल तो बेहद प्रशंसा हो रही है कि उन्होंने मोर्चा चुकण मगरों खुद सफाई कीती है। अजिहियां तस्वीरां सोशल मीडिया ते भी वायरल हो रही जो कि चर्चा दा विशा बनिया हुई ने। दस दे कि 26 नवंबर 2020 नूं सी किसानां ने अपनियां मंगां लैके सरकारी कानूनां दे विरोध विच अपना ते आखिरकार 19 नवंबर 2021 नूं पीएम मोदी ने तिन्ने कानूनां नूं करन दा ऐलान कर दिता। सर्द रुत सैशन दौरान दोहां सदनां च तिन्न कानून रद्द हो गए, जिस तों बाद सरकार ने ज्यादातर किसानां दीआं मंगां 9 दसंबर नूं मान लईआं, पर कल किसान घर परते रहे। किसानां दी वापसी तों बाद सोनीपत कुंडली बॉर्डर अते होर बॉर्डर जिहड़े ने बिल्कुल साफ सफाई कीती गई है। सोनीपत नैशनल हाईवे ते सफाई दा काम लगातार जारी रहा। किसानां ने जिला प्रशासन वल्लों सड़क ते पए पत्थरां ते बाद सोनीपत कुंडाया, इस दे नाल ही जिला प्रशासन भी हरकत च आ गया। नैशनल हाईवे अथॉरिटी ऑफ इंडिया दे कर्मचारी नैशनल हाईवे 44 दी सफाई च लगातार काम कर रहे ने, जो कि सुचारू ढंग नाल होया, और इसे करके हुण किसानां दी प्रशंसा हो रही है कि इन्हां ने जेकर इत्थे डेरे लाए सी तां उस तों बाद साफ सफाई भी कीती है। क्रिकेटर हरभजन सिंह भाजपा च शामिल नहीं हो रहा। सोशल मीडिया से हरभजन सिंह दे भाजपा च शामिल होने दीआं चर्चावां चल रही सी, जिस नूं हरभजन सिंह ने फेक न्यूज़ का साफ सफाई भी कीती है। क्रिकेटर हरभजन सिंह भाजपा च शामिल नहीं हो रहा। सोशल मीडिया से हरभजन सिंह दे भाजपा च शामिल होने दीआं चर्चावां चल रही सी, जिस नूं हरभजन सिंह ने फेक न्यूज़ करार दिता। हरभजन दे नाल नाल क्रिकेटर युवराज सिंह दे भाजपा च शामिल होने की चर्चा है। हालांकि उन्होंने कोई प्रतिक्रिया नहीं दिती है, पर हरभजन सिंह जो कि पंजाब दे जिला जलंधर दे रहने वाले ने, साल 2017 च हरभजन सिंह दे कांग्रेस विच शामिल होने अते जलंधर तो चोर लड़न की चर्चा सी, पर अजिहा कुछ नहीं होया। हरभजन ने कदे भी सियासी तो इनकार नहीं किया। अजिहे च अक्सर उन्होंने सियासी दलों च शामिल होकर चोन लड़न दीआं गल्लां हुंदीआं ने। पहली बार भाजपा पंजाब च अकाली दल तो वक्ख होके चोन लड़ रही है। दूजे पासे किसान अंदोलन कारण सिखां दे सामने भाजपा दा अक्स खराब होया, जिस नूं सुधारन लई भाजपा लगातार सिख वड्डे चेहरियां ते दा खेड रही है। तो हुण देखना बाकी होएगा कि आखिरकार पंजाब दे दिग्गज सिख चेहरे उन्हां दे संपर्क विच ने, जो जल्दी ही पार्टी च शामिल होणगे ते किस नूं चोण मैदान च भाजपा उतारेगी। इस तरह हुण तक दीआं खबरां, नवीआं ते ताज़ा खबरां दी जानकारी दे लई सुनदे रहो न्यूजीलैंड दा नंबर 1 पंजाबी रेडियो साडेला रेडियो 87.8 FM। सत श्री अकाल। मैं क्या सुनियो, चलो आज बाहर दा खाना खवा लिया ये तानू। छड्डो जी, रहन दियो तुसी, न्यूजीलैंड दे खाने विच पंजाब वाला स्वाद कित्थों लभना है। ओ तू फिकर ना कर गुरनाम करे, इत्थे न्यूजीलैंड च ही मिलेगा स्वाद पंजाब वाला रेस्टोरेंट ते, जिथे लगदा न्यूजीलैंड्स बिगेस्ट इंडियन बुफे विद 8200 आइटम्स, कमाल दीआं डिशेस, ओ वी रीजनेबल प्राइस च। पैकिंग कराओ ते भावें बैह के खाओ। प्राइवेट पार्टी दे लई हॉल भी है, 40-50 गेस्ट दे लई। सिर्फ इन्ना ही नहीं, 200 तक दी कैपेसिटी वाला हॉल भी ਇਹਨਾਂ ਦੇ ਕੋਲ। ਫ੍ਰੈਂਡਲੀ ਐਂਡ ਐਕਸਪੀਰੀਅੰਸ ਸਟਾਫ। ਸੋ ਤੁਸੀਂ ਵੀ ਪੰਜਾਬ ਵਾਲਾ ਸਵਾਦ ਲੈਣ ਲਈ ਅੱਜ ਹੀ ਆਓ ਪੰਜਾਬ ਵਾਲਾ ਰੈਸਟੋਰੈਂਟ। ਕਾਲ 034-201-130।